ਯੋ ਵਟਸਅਪ ਹੋ ਜੀ, ਕਿਵੇਂ ਹੋ, ਕੀ ਹਾਲ ਚਾਲ? ਅੱਜ ਇਸ ਗਾਣੇ 'ਤੇ ਆਪਾਂ ਰਿਐਕਟ ਕਰਨ ਲੱਗੇ। ਗਾਣੇ ਦਾ ਨਾਮ ਹੈ ਜੀ ਬਸਟ ਮੋਡ, ਸਿੰਗਰ ਨੇ ਲਾਰਡ ਗੜੀਆ ਬਰਾੜ। ਬਾਈ ਦਾ ਨਾਮ ਮੈਨੂੰ ਕਾਫੀ ਯੂਨੀਕ ਲੱਗਿਆ। ਵਿੱਚ ਫੀਚਰਿੰਗ ਕੀਤੀ ਹੈ ਜੀ ਗੈਰੀ ਸਿੱਧੂ ਨੇ, ਮਿਊਜ਼ਿਕ ਕੀਤਾ ਜੀ ਅਨਮੋਲ ਲਾਲੀ ਨੇ, ਮਿਕਸ ਐਂਡ ਮਾਸਟਰ ਕੀਤਾ ਜੀ ਰੀਪੁਲ ਮਿਊਜ਼ਿਕ ਵਾਲਿਆਂ ਨੇ, ਵੀਡੀਓ ਕੀਤੀ ਹੈ ਏਅਰਸ ਪ੍ਰੋਡਕਸ਼ਨ ਨੇ। ਬਾਕੀ ਕ੍ਰੈਡਿਟ ਡਿਸਕ੍ਰਿਪਸ਼ਨ 'ਚ ਜਾ ਕੇ ਪੜ੍ਹ ਸਕਦੇ ਹੋ। ਲੈਟਸ ਚੈੱਕ ਕਿੱਦਾਂ ਦਾ ਗਾਣਾ, ਕੀ ਗੱਲਬਾਤ ਹੈ। ਆ ਜਾਓ, ਨਿਊ ਆਰਟਿਸਟ ਨੇ, ਮੈਂ ਫੋਰ ਦਾ ਫਸਟ ਟਾਈਮ ਸੁਣਨ ਲੱਗਿਆ, ਦੇਖਦੇ ਹਾਂ। ਓਕੇ, ਲਾਡ ਗੜੀਆ ਬਰਾੜ ਹੈ, ਨਾਮ ਕਹਿੰਦਾ ਯਾਰ। ਓ ਫਰਸਟ ਮੋੜ ਤੇ ਕਲਮ ਹੋਣ ਤੇ ਲਾਸਟ ਮੋੜ ਤੇ ਪੈਸਾ, ਆਟੋਮੈਟਿਕ ਬੈਂਜ ਥੱਲੇ ਤੇ ਨਾਈਟ ਮੋੜ ਤੇ ਐਸ਼ਾ ਕੈਸ਼ਾ ਫੁੱਲ ਕੌਣ ਨੀ ਖੰਗ ਚੂਲਾ। ਯਾਰ ਬਹੁਤ ਸਹੀ ਸਟਾਰਟਿੰਗ ਰਹੀ, ਬਹੁਤ ਸਹੀ ਸਟਾਰਟਿੰਗ ਰਹੀ। ਮੈਂ ਸਭ ਤੋਂ ਪਹਿਲਾਂ ਗਾਣੇ ਦੀ ਸਟਾਰਟਿੰਗ ਚੈੱਕ ਕਰ ਦਿੰਦਾ ਕਿ ਗਾਣਾ ਸਟਾਰਟ ਘੈਂਟ ਹੋ ਰਿਹਾ ਤਾਂ ਗਾਣਾ ਘੈਂਟ ਹੀ ਰਹੂਗਾ, ਘੈਂਟ ਕਹਿਣ ਲੱਗਾ ਜੀ। ਬਟ ਜੇ ਸਟਾਰਟਿੰਗ ਹੀ ਥੋੜ੍ਹੀ ਠੰਡੀ ਹੋਵੇ ਨਾ, ਸਵਾਦ ਜਾ ਨਹੀਂ ਆਉਂਦਾ। ਆਹ ਚੀਜ਼ ਹੈ, ਚੈੱਕ ਕਰੋ ਤੁਸੀਂ ਕਿੰਨੀ ਵਧੀਆ ਸਟਾਰਟ ਗਿਆ। ਲਾਸਟ ਮੋੜ ਤੇ ਆਟੋਮੈਟਿਕ ਬੈਂਜ ਥੱਲੇ ਤੇ ਨਾਈਟ ਮੋੜ ਤੇ ਐਸ਼ਾ, ਨਾਈਟ ਮੋੜ ਤੇ ਰਾਤ ਨੂੰ ਹੈ ਕੌਣ ਨਹੀਂ ਖੰਗ ਜੂਲਾ ਦੀ ਅੱਗ, ਰਾਤ ਤਾਂ ਲੰਘ ਜੂ ਸੇਫਟੀ ਨਾਲ, ਤਾਂ ਹੀ ਤਾਂ ਲੈ ਸਾ ਰਲਦਾ ਕਿਸੇ ਕਿਸੇ ਨਾਲ, ਤਾਲ ਤੇ ਬੈਂਦਾ ਕਿਸੇ ਕਿਸੇ ਨਾਲ, ਸੁਰ ਜਾ ਬੋਲੇ ਵਿੱਚ ਟਰਾਂਟੋ ਤੂਤੀ ਜੁੱਤੀ, ਜਦੋਂ ਜੱਟ ਨਹੀਂ ਤੁਰਦਾ ਪੈ ਜਾ ਕਰਦੀ ਟੋਰ, ਹੋਰ ਕੁਝ ਘੱਟ ਜੂ ਰੋਪ ਨਹੀਂ ਥੋੜਾ, ਕੀ ਬਾਤਾਂ ਨੇ ਯਾਰ। ਪੱਕੀ ਕੈਸ਼ਿਆ ਚੱਕੀ ਕਰੀ ਤੋਂ ਤੇਜ ਮਕਾਉਂਦੀ ਬਾਟਾ ਨਹੀਂ, ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਘਾਟਾਂ ਚਿੱਟਾ ਚੰਨ ਤੇ ਸਿਲਵਰ ਕੰਨ ਕਾਲੀਆਂ ਰਾਤਾਂ ਨੀ, ਕੀ ਬਾਤ ਹੈ। ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਘਾਟਾਂ ਚਿੱਟਾ ਚੰਨ ਤੇ। ਬਸ ਸਹੀ ਵਰਡ ਪਲੇ ਰਾਈਮ ਸਕੀਮ ਖੇਡ ਰਿਹਾ ਯਾਰ ਮੁੰਡਾ, ਪੂਰੇ ਠੇਠ ਠੇਠ ਵਰਡ ਆ ਪੰਜਾਬੀ ਦੇ, ਵਰਡ ਪਲੇ ਰਾਈਮ ਸਕੀਮ ਕ੍ਰੇਜ਼ੀ ਮੈਨ, ਕਿਲ ਕਰਤਾ ਮੁੰਡੇ ਨੇ ਬੀਟ ਨੂੰ। ਸਿਲਵਰ ਕੰਨ ਕਾਲੀਆਂ ਰਾਤਾਂ ਨੀ, ਲਾਈਕ ਜਿਹਦਾ ਮਾਡਰਨ ਬੋਲੀਆਂ ਚੱਲ ਰਹੀਆਂ ਹੋਣਾ ਨਾ। ਕਿੱਦਾਂ ਇੱਕ ਇੱਕ ਲਾਈਨ ਜੋੜੀ ਪਈ ਆ ਨਾ, ਚਿਣੀ ਪਈ ਆ, ਜਿੱਦਾਂ ਮਾਲਾ 'ਚ ਮੋਤੀ ਦੀ ਪਰੋਏ ਪਏ ਹੁੰਦੇ ਉਦਾਂ ਪਰੋਏ ਪਏ, ਇੱਕ ਇੱਕ ਵਰਡ, ਇੱਕ ਇੱਕ ਲਾਈਨ ਕਿੰਨੀ ਰਾਈਮ ਕਰ ਰਹੀ ਹੈ ਯਾਰ। ਦਿਸ ਇਸ ਸਮਥਿੰਗ ਨਿਊ, ਸਮਾਂ ਬਹੁਤ ਕਹਿੰਦਾ। ਤੱਪੀ ਚੱਲ ਟਾਪ ਮੋੜ ਤੇ ਫੋੜ ਰੋੜ ਤੇ ਕਿੱਥੇ ਦਿੰਦਾ ਤਾਈ, ਰੇਸ ਮੋੜ ਤੇ ਘੋੜੇ ਜੋੜ ਤੇ ਧਰਤੀ ਜਾਂਦੇ ਕਾਈ, ਅੜਬ ਬਰੀਡੈ ਜੁਰਤ ਗਰੀਡੈ ਪੈਸਾ ਨੀਡੈ ਕਰਨਾ ਲੀਡੈ, ਅਸੀਂ ਤਾਂ ਹਸਲ ਕਰੀਏ ਪੇ ਤੇ ਇੱਥੇ ਚਮਚੇ ਖਾਣ ਫਰੀ ਦਾ, ਕੱਢਣਾ ਸ਼ੱਕ ਹਵਾ ਵੱਲ ਥੱਕ ਮਾਣ ਤੂੰ ਖਾਖਾ ਨੀ, ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਪਰ ਨਿਗਾ ਰਹਿੰਦੀ ਆ ਸਾਰੇ ਜੰਗਲ ਵਰਗੀ ਦੁਨੀਆ ਨੂੰ, ਨੇ ਭੈ ਸਾਡੇ ਪਰਛਾਵੇਂ ਹੋਲੋ ਟਿਪ ਦਾ ਹਿਮਰ ਕੌਕ ਤਾਂ ਮੂਹਰੇ ਕੀ ਬੋਲਣਗੇ ਲੋਕ, ਅੱਖਾਂ ਦੇ ਸਾਵੇਂ ਨੱਚਦੀ ਮੌਤ ਦਾ ਬੱਕਰੀ ਬਣ ਜਾਂਦੇ ਨੇ ਬੋਕ, ਅਜਿਹੜੇ ਨਵੇਂ ਨਵੇਂ ਜੇ ਸ਼ਾਇਰ ਟੁੱਚਾਂ ਲਾਉਣ ਤੇ ਕਰਨ ਸਟਾਇਰ, ਥੱਬੇ ਨੋਟ ਆ ਗਿਆ ਲੋਟ ਨੀ ਲਿਵ ਨਾ ਲਾਈਵ ਲਾਈਕ ਆ ਫਾਇਰ, ਇਹੋ ਜਿਹਾ ਜ਼ਹਿਰ ਅੱਖਾਂ ਵਿੱਚ ਕਹਿਰ ਜੀਦੀਆਂ ਕਾਟਾਂ ਨੀ, ਸਮੇਂ ਦੀ ਚਾਲ ਲੇਖ ਵੀ ਨਾਲ ਕਾਦੀਆਂ ਘਾਟਾਂ ਨੀ, ਘਾਟਾਂ ਚਿੱਟਾ ਚੰਨ ਤੇ ਸਿਲਵਰ ਕੰਨ ਕਾਲੀਆਂ ਰਾਤਾਂ ਨੀ, ਸਮੇਂ ਦੀ ਚਾਲ
ਯਾਰ ਮੁੰਡਾ ਹੱਚੀ ਕਿੱਲ ਕਰ ਗਿਆ, ਮੈਂ ਪੂਰਾ ਵਿੱਚ ਵੜ ਕੇ ਨਾ ਗਾਣਾ ਇੰਜੋਏ ਕਰ ਰਿਹਾ, ਸੁਣ ਰਿਹਾ ਇੱਕ ਇੱਕ ਲਾਈਨ, ਇੱਕ ਇੱਕ ਅੱਖਰ ਜਿਹੜਾ ਬਾਈ ਨੇ ਬੋਲਿਆ ਨਾ, ਬਹੁਤ ਹੀ ਜ਼ਿਆਦਾ ਮਤਲਬ ਹੈ ਨਾ, ਇੱਕ ਬਹੁਤ ਸੋਹਣੀ ਰਾਈਮ ਕੀਤੀ ਹੋਈ ਆ, ਕਾਫੀ ਇੰਗਲਿਸ਼ ਵਰਡ ਸਪਲੈਟ ਕੀਤੇ ਬਾਈ ਨੇ ਨਾ, ਜਿੱਦਾਂ ਸਟਾਇਰ ਜਿਹੜੇ ਅੱਜ ਕੱਲ੍ਹ ਦੇ ਸ਼ਾਇਰ ਕੀ ਕੁਛ ਕਰਦੇ ਨਾ, ਬਾਈ ਨੇ ਕਾਫੀ ਘੈਂਟ ਤਰੀਕੇ ਨਾਲ ਗੱਲਾਂ ਉਹ ਭਰੋਈਆਂ ਨਾ, ਮੈਨੂੰ ਕਹਿਣ ਲੱਗ ਰਹੀ ਉਹ ਚੀਜ਼ ਯਾਰ, ਮਤਲਬ ਡਿਫਰੈਂਟ ਆ ਕੁਛ ਕੁਛ ਨਵਾਂ, ਫੋਰ ਦਾ ਫਸਟ ਟਾਈਮ ਇਸ ਆਰਟਿਸਟ ਨੂੰ ਸੁਣਿਆ, ਐਂਡ ਫੋਰ ਸ਼ੋਰ ਮੈਂ ਅੱਗੇ ਵੀ ਬਾਈ ਦੇ ਗਾਣੇ ਸੁਣਨਾ ਚਾਹੂੰਗਾ, ਮੈਨੂੰ ਘੈਂਟ ਕੰਮ ਲੱਗ ਰਿਹਾ ਯਾਰ ਬਾਈ ਦਾ। ਸਾਊਂਡ ਬਹੁਤ ਘੈਂਟ ਕਰ ਰਿਹਾ, ਬਿਗ ਸ਼ਾਊਟ ਆਊਟ ਟੂ ਮਿਊਜ਼ਿਕ ਪ੍ਰੋਡਿਊਸਰ ਬ੍ਰੋ, ਸਹੀ ਬੀਟ ਹੈ। ਦਿਸ ਇਜ਼ ਲਾਈਕ ਸਹੀ ਗੱਲ ਹੈ, ਜ਼ਿੰਦਗੀ ਤਬਾਹ ਕਰਨੇ ਕਾ ਹੁਆ ਥਾ, ਕ੍ਰੇਜ਼ੀ ਮੈਨ ਹੋ ਕਰੀ ਰਹੇਗੀ। ਕਿਆ ਬਾਤ ਹੈ, ਨਵਾਂ ਆਰਟਿਸਟ ਹੈ, ਮੈਨੂੰ ਨਹੀਂ ਪਤਾ ਬਾਈ ਨੇ ਕਿੰਨੀ ਕੁ ਪ੍ਰੈਕਟਿਸ ਕੀਤੀ ਆ ਗਾਣਾ ਬਣਾਉਣ ਲਈ, ਕਿੰਨਾ ਕੁ ਬਾਈ ਨੇ ਰਿਆਜ਼ ਕੀਤਾ, ਕਿੰਨਾ ਕੁ ਬਾਈ ਸਿੱਖਿਆ, ਕਿੰਨੇ ਕਰੀ ਬਾਈ ਨੇ ਲਿਖਿਆ ਢਾਇਆ, ਕਿੰਨੇ ਕਰੀ ਬਾਈ ਨੇ ਕੰਪੋਜੀਸ਼ਨ ਬਣਾਈ ਆ, ਬਟ ਗਾਣਾ ਮੁੱਕਦੀ ਗੱਲ ਹੈ, ਬਹੁਤ ਸੋਹਣਾ ਸਾਊਂਡ ਕਰ ਰਿਹਾ, ਗਾਣਾ ਸੁਣੋਗੇ ਨਾ ਸਵਾਦ ਆ ਰਿਹਾ ਯਾਰ ਗਾਣਾ ਸੁਣਨ 'ਚ, ਬਸ ਇਹਦੇ ਉੱਪਰ ਕੀ ਹੁੰਦਾ। ਸੋ ਮੇਰੇ ਵੱਲੋਂ ਗਾਣਾ ਪਾਸ ਆ, ਮੈਨੂੰ ਗਾਣਾ ਬਹੁਤ ਘੈਂਟ ਲੱਗਿਆ, ਓਰੀਜਨਲ ਗਾਣੇ ਦਾ ਲਿੰਕ ਵੀ ਆਪਾਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰਾਂਗੇ, ਜਾ ਕੇ ਜ਼ਰੂਰ ਸੁਣਿਓ। ਇੱਦਾਂ ਦੇ ਨਵੇਂ ਵਰਸਟਾਈਲ ਜਿਹੜੇ ਆਰਟਿਸਟ ਚੰਗਾ ਕੰਮ ਕਰ ਰਹੇ ਉਹਨਾਂ ਨੂੰ ਸਪੋਰਟ ਕਰਿਆ ਕਰੋ। ਸੋ ਲਿੰਕ ਡਿਸਕ੍ਰਿਪਸ਼ਨ 'ਚ ਜਾ ਕੇ ਸੁਣਿਓ, ਜ਼ਰੂਰ ਕਮੈਂਟ ਕਰਕੇ ਆਇਓ ਲਵ ਫਰੋਮ ਬ੍ਰਦਰ ਉਹ ਜੀ। ਬਾਕੀ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ 'ਚ।